बड़ी मतलब शांति मिलती है। सारे हिंदू भरा भी वधिया ने, मतलब आया बंदियां दा रिकॉर्ड करदे ने, वधिया मतलब खुशी हुंदी है। आया के मुसलमान ज्यादा तुहाडे नाल मोहब्बत करदे ने या के हिंदू करदे ने? सारे ही करते हैं जेडे, कोई फर्क नहीं है। सवाल नहीं करी देना, तुम गल करते हो तो पता ही है, मैं पहन की लोड़ नहीं। ठीक है, ठीक हो गए। सारे ही करते हैं, सारे करते हैं, करनी चाहिए सारे। हिंदुओं के बीच भी उदा के बंदे हैं, मुसलमानों से भी उदा के है। सब तो पहला धर्म इंसानियत है। ਇਹ ਗੱਲ ਤੇ ਸਹੀ ਹੈ ਕਿ ਕਹਿੰਦੇ ਨੇ ਕਿ ਜਦੋਂ ਤੁਸੀਂ ਇੱਥੇ ਪਾਕਿਸਤਾਨ ਆਓਗੇ ਤੇ ਤੁਹਾਨੂੰ ਹੋਰ ਕੰਟਰੀ ਦੇ ਨਹੀਂ ਜਾਣਗੇ। ਇੱਕ ਸਾਡੇ ਪਰਿਵਾਰ ਸਾਡੇ ਉੱਥੇ ਪਿੰਡ ਤੋਂ ਰੋਲਾ ਹੀ ਬਸ, ਸਾਡੇ ਨਾਲ ਇਦਾਂ ਹੋਈ ਨਹੀਂ। ਹਾਂ ਹਾਂ, ਇਹ ਸਰਕਾਰ ਦੀ ਤਰਫੋਂ ਕੋਈ ਐਲਾਨ ਨਹੀਂ ਹੈ ਕੋਈ? ਨਹੀਂ ਨਹੀਂ, ਇਸ ਤਰ੍ਹਾਂ ਕੋਈ ਗੱਲ ਨਹੀਂ, ਸਿਰਫ ਰੋਲਾ ਹੀ ਹੈ ਜੀ। ਸਾਡੇ ਕਾਲੋਂ ਅਗੋ ਸਾਡਾ ਸਿਆਲਕੋਟ ਦੇ ਸਕੇ ਸਾਡੇ ਬਜ਼ੁਰਗ ਇੱਥੇ। ਹਾਂਜੀ ਹਾਂਜੀ, ਉਹ ਉਹਨਾਂ ਦੇ ਵਿੱਚੋਂ ਨਾ ਇੱਕ ਪਰਿਵਾਰ ਇੱਥੇ ਰਹਿ ਗਿਆ ਸੀ ਪਾਕਿਸਤਾਨ, ਉਹ ਅੱਜ ਆਏ ਆ ਇੱਥੇ ਹੁਣ। ਹਾਂ, 72 ਇਅਰਸ ਬਾਅਦ ਮਿਲੇ ਨੇ। ਹਾਂ, 72 ਜਾਂ 72 ਸਾਲ ਬਾਅਦ, 72 ਸਾਲ ਬਾਅਦ ਉਹ ਭੂਆ ਸੀਗੀਆਂ, ਹੁਣ ਗਾਂ ਕੁੜੀਆਂ, ਕੋਈ ਜਵਾਈ ਕਿਤੇ ਕਿਤੇ ਆ, ਕੋਈ ਕਿਤੇ ਆ, ਉਹ ਸਾਰੇ ਮਤਲਬ ਇੱਦਾਂ ਮਿਲੇ ਆ ਵੀ ਜਿੱਦਾਂ ਕਿਤੇ ਬਹੁਤ ਵਿਛੜੇ ਹੁੰਦੇ, ਮਤਲਬ ਵਿਛੜੇ ਹੀ ਆ, 72 ਸਾਲ ਬਾਅਦ ਮਿਲੇ ਆ। ਹਾਂਜੀ ਬਿਲਕੁਲ, 72 ਸਾਲ ਛੋਟੇ ਸੀਗੇ ਤੇ ਉਹਨਾਂ ਨੇ ਪਿੱਛੇ ਇੰਡੀਆ 'ਚ ਵਿਆਹ ਸੀਗਾ ਤੇ ਇਹਨਾਂ ਨੂੰ ਸੱਦਿਆ ਸੀਗਾ ਉਹਨਾਂ ਨੇ, ਤੇ ਤੁਹਾਡੀ ਸਰਕਾਰ ਨੇ ਉਹਨਾਂ ਨੂੰ ਵਿਜੇ ਨਹੀਂ ਦਿੱਤੇ ਤੇ ਆਹ ਪਰਮਾਤਮਾ ਨੇ ਮੇਲ ਮਿਲਾਤਾ, ਉਹ ਸਾਰੇ ਆਣ ਕੇ ਇੱਥੇ ਮਿਲ ਕੇ ਗਏ ਅੱਜ ਉਹਨਾਂ ਨੂੰ। ਸਿੱਧੂ ਭਾਜੀ ਦੇ ਇਸ ਇਕਦਮ ਨੂੰ ਤੁਸੀਂ ਕਿਸ ਤਰ੍ਹਾਂ ਐਕਸਪ੍ਰੈਸ ਕਰੋਗੇ? ਸਿੱਧੂ ਭਾਜੀ ਦਾ ਇਕੱਲੇ ਦਾ ਨਹੀਂ ਨਾ ਕੰਮ, ਇਹ ਤਾਂ ਸਾਰਿਆਂ ਦਾ ਹੀ ਆ। ਨਹੀਂ, ਅਸੀਂ ਸਿਰਫ ਸਿੱਧੂ ਭਾਜੀ ਦੇ ਬਾਰੇ ਪੁੱਛ ਰਹੇ ਕਿ ਉਹਨਾਂ ਦੀ ਕਾਵਿਸ਼ ਨੂੰ ਤੁਸੀਂ ਕਿਸ ਤਰ੍ਹਾਂ। ਸਿੱਧੂ ਭਾਜੀ ਨੇ ਤਾਂ ਚਲੋ ਗੱਲ ਚਲਾਈ, ਗੱਲ ਤੇ ਗਾਂ ਹਮ ਇਮਰਾਨ ਖਾਨ ਤੇ ਮੋਦੀ ਦੀ, ਮੋਦੀ ਦੀ ਪ੍ਰਧਾਨ ਮੰਤਰੀਆਂ ਦੇ ਲੈਵਲ ਦੀ ਗੱਲ ਸੀ ਤੇ ਚਲੋ ਉਹਦਾ ਵੀ ਧੰਨਵਾਦ ਜਿਹਨੇ ਗੱਲ ਚਲਾਈ। ਤੁਸੀਂ ਕਦੀ ਸੋਚਿਆ ਸੀ ਤੁਸੀਂ ਇਸ ਤਰ੍ਹਾਂ ਇਵੇਂ ਈਜ਼ੀ ਈਜ਼ੀ ਇਧਰ ਪਹੁੰਚੋਗੇ? ਇਹ ਅਸੀਂ ਇਹ ਨਹੀਂ ਸੀ ਸੋਚਿਆ, ਸਾਡੇ ਉਹਦਾ ਨਕਸ਼ਾ ਬਣਿਆ ਸੀ ਦਿਮਾਗ ਦੇ ਵਿੱਚ। ਜਦੋਂ ਬਜ਼ੁਰਗ ਸਾਡੇ ਦੱਸਦੇ ਨੇ ਵੀ ਸਾਡਾ ਉੱਥੇ ਸਿਆਲਕੋਟ ਦੇ ਵਿੱਚ ਸੀਓ ਵਾਲ ਪਿੰਡ ਸੀ, ਉੱਥੇ ਆਹ ਸੀ ਉਹ ਸੀ, ਉਹ ਨਕਸ਼ੇ ਜ਼ਰੂਰ ਉੱਦਾਂ ਦੇ ਬਣ ਗਏ ਸੀਗੇ, ਪਰ ਆਹ ਨਹੀਂ ਸੀ ਸੋਚੀ ਕਿਸੇ ਨੇ ਵੀ ਗੱਲ ਤੇ ਅਸੀਂ 1500 ਰੁਪਇਆ ਲਾ ਕੇ ਪਾਕਿਸਤਾਨ ਜਾਵਾਂਗੇ, ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਆਵਾਂਗੇ, ਇਹ ਨਹੀਂ ਸੀ ਕਿਸੇ ਨੇ। ਲੇਕਿਨ ਇੱਕ ਮਸਲਾ ਹੈਗਾ ਕਿ ਸਿੱਧੂ ਨੇ ਕਿਹਾ ਸੀ ਕਿ ਵੀ ਡੇਲੀ 5000 ਬੰਦਾ ਆਊਗਾ ਉਦੋਂ ਇੰਡੀਆ ਤੋਂ, ਲੇਕਿਨ ਬੰਦੇ ਕੰਮ ਆ ਰਹੇ ਨੇ, ਬੰਦੇ ਆਉਣ ਲੱਗ ਪੈਣੇ ਆ, ਸਿਰਫ ਪਾਸਪੋਰਟ ਦੀ ਅਜੇ ਪ੍ਰੋਬਲਮ ਆ। ਖੁੱਲਾ ਕੰਮ ਹੋ ਜੇ, ਜਦੋਂ ਖੁੱਲਾ ਹੋ ਜਾਣਾ ਨਾ ਫਿਰ ਹਰੇਕ ਬੰਦੇ ਨੂੰ ਕੋਈ ਬੰਦਾ ਨਹੀਂ ਇੱਦਾਂ ਦਾ ਸਾਡੇ ਮਾੜਾ ਵੀ ਜਿਹੜਾ 1500 ਰੁਪਇਆ ਨਾ ਖਰਚ ਸਕੇ। ਹੁਣ ਪ੍ਰੋਬਲਮ ਆ ਕਿਸੇ ਦਾ ਪਾਸਪੋਰਟ ਨਹੀਂ ਹੈਗਾ, ਅਗਲਾ ਕਹਿੰਦਾ ਪਾਸਪੋਰਟ ਬਣਾਵਾਂਗਾ ਫਿਰ ਦੇਖਾਂਗੇ, ਉਹ ਸਾਡੇ ਸਾਰਿਆਂ ਦੇ ਪਾਸਪੋਰਟ ਬਣੇ, ਅਸੀਂ ਆਨਲਾਈਨ ਬੁੱਕ ਕਰਾ ਕੇ ਆ ਗਏ ਸਾਰੇ। ਅਸੀਂ ਤੁਹਾਨੂੰ ਹਮੇਸ਼ਾ ਬਸ ਜੀ ਜਾਨੋ ਕਰਦੇ ਹਾਂ ਜੀ, ਜਿਵੇਂ ਫ੍ਰੀ ਜਾਣਾ ਤਾਂ ਅਸੀਂ ਸਾਊਦੀ ਅਰਬ ਜਾਣਾ, ਹਾਂ ਬਿਲਕੁਲ, ਕਾਬਾ ਜਾਣਾ ਹੋਇਆ ਤੇ 6 ਲੱਖ ਰੁਪਏ 6 ਲੱਖ ਰੁਪਏ ਲੱਗਦਾ ਹੈ। ਦੱਸੋ ਫੇਰ ਬਹੁਤ ਆਪਣੇ 6 ਲੱਖ ਸਿਰਫ ਖਰਚਾ ਤੇ ਜਿਹੜਾ ਆਪਣੇ ਜੇਬ ਖਰਚ ਕਰਨੀ ਉਹ ਲੈਦਾ ਹੈ, ਤੇ ਅਸੀਂ ਤਾਂ 2000 ਦੇ ਘਰ ਜਾ ਵੜਨਾ ਭਰਾ, 5 ਲੱਖ ਤੁਸੀਂ ਕਿੱਥੋਂ ਕਿੱਥੋਂ ਆਏ ਹੋ ਬਾਜੀ? ਅਸੀਂ ਆਏ ਹਾਂ ਪੰਜਾਬ ਤੋਂ, 7 ਲੱਖ ਹੋ ਗਿਆ ਨਵਾਂ ਸ਼ਹਿਰ ਸਾਡਾ। ਅੱਛਾ, ਨਵਾਂ ਸ਼ਹਿਰ ਤੋਂ, ਸਾਨੂੰ ਇੱਕ ਨਾਰਾ ਸੁਣਾਓ ਆਪਣਾ ਤੁਸੀਂ ਕੜਕਦਾਰ ਜੱਟਾਂ ਵਰਗਾ। ਬੋਲੇ ਤੁਸੀਂ ਇੱਕ ਧਾਰਮਿਕ ਸੌਂਗ ਮੈਂ ਵੀਡੀਓ 'ਚ ਵੇਖਿਆ, ਉੱਥੋਂ ਇੰਡੀਆ ਵੱਲੋਂ ਤੁਸੀਂ ਆਉਂਦੇ ਹੋ ਨਾ ਬੱਸ 'ਚ, ਧਾਰਮਿਕ ਸੌਂਗ ਜਿਹੜਾ ਤੁਸੀਂ ਗਾ ਰਹੇ ਹੁੰਦੇ ਹੋ? ਹਰ ਨਾਨਕ ਪਰ, ਹਰ ਨਾਨਕ ਪਰ, ਇਹਦਾ ਖੇਤੀ ਕਰਨ ਵਾਲੇ ਸਾਰੇ ਬੰਦੇ ਨਹੀਂ, ਉਹ ਸਾਰੇ ਮਿਲ ਕੇ ਕਹਿ ਰਹੇ ਹੁੰਦੇ ਨੇ। ਚਲ ਠੀਕ ਹੈ, ਥੈਂਕ ਯੂ, ਥੈਂਕ ਯੂ, ਦੁਆ ਹੈ ਖੁਸ਼ ਰਹੋ, ਦੁਆ ਹੈ ਖੁਸ਼ ਰਹੋ, ਬਾਰ ਬਾਰ ਆਉਂਦੇ ਰਹੋ ਤੇ ਅਸੀਂ ਤੁਹਾਨੂੰ ਵੈਲਕਮ ਕਰਦੇ ਰਹੀਏ। ਮਿਹਰਬਾਨੀ ਤੁਹਾਡੀ, ਹਾਂਜੀ, ਥੈਂਕ ਯੂ, ਅੱਲਾ ਤੁਸੀਂ ਟਾਈਮ ਦਿੱਤਾ।